दोस्तों तुम्हें पता है सरसों दा तेल और नमक दा इस्तेमाल करके ना तुसी अपने फेस ते निखार ले आ सकदे हो किवें जरूर दसांगी लेकिन उस तो पहले थोड़े सारा दा स्वागत कर दिया थोड़े अपने चैनल यस टीवी ते बन चुकी है थोड़े नाल तुहाडी दोस्त मनप्रीत ते दोस्तों आप जान ले आ किवें आपां सरसों दे तेल अते नमक दा इस्तेमाल करके अपने फेस ते ग्लो ले आ सकदे आ आपां सरसों दे तेल और नमक दे नाल स्क्रब बना सकदे आ किवें बनाना ओ मैं तुहानू दसनी आ जी तुसी एक चम्मच नमक लेना है ओदे विच अद्धे चम्मच तो भी घट सरसों दा तेल मिलाना है ओनू चंगी तरह मिक्स करना है ਜਿਹੜਾ ਸਕ੍ਰਬ ਹੈਗਾ ਬਿਲਕੁਲ ਤਿਆਰ ਹੈਗਾ ਵੇ ਤੇ ਹੁਣ ਤੁਸੀਂ ਕੀ ਕਰਨਾ ਜੀ ਨਹਾਉਣ ਤੋਂ ਪਹਿਲਾਂ ਜੇ ਤੁਸੀਂ ਨਹਾਣਾ ਵੇ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਆਪਣੇ ਫੇਸ ਤੇ ਲਗਾਉਣਾ ਹੈ ਤੇ ਹਲਕੇ ਹੱਥਾਂ ਨਾਲ ਰਗੜਨਾ ਹੈ ਤੇ ਜਦੋਂ ਰਗੜ ਲੋਗੇ ਹਲਕੇ ਹੱਥਾਂ ਨਾਲ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਉਸ ਤੋਂ ਬਾਅਦ ਥੋੜੀ ਦੇਰ ਐਵੇਂ ਹੀ ਰਹਿਣ ਦਿਓ ਉਸ ਤੋਂ ਬਾਅਦ ਨਾਰਮਲ ਪਾਣੀ ਦੇ ਨਾਲ ਇਹਨੂੰ ਵਾਸ਼ ਕਰ ਲਓ ਵੇਖਣਾ ਜੀ ਨਮਕ ਜਿਹੜਾ ਹੁੰਦਾ ਹੈ ਨਾ ਫੇਸ ਲਈ ਬਹੁਤ ਹੀ ਵਧੀਆ ਹੁੰਦਾ ਵੈ ਜਿੰਨੀ ਵੀ ਗੰਦਗੀ ਸਾਡੇ ਫੇਸ ਦੇ ਅੰਦਰ ਜੰਮੀ ਹੁੰਦੀ ਹੈ ਨਾ ਨਮਕ ਦੇ ਦੁਆਰਾ ਉਹ ਬਿਲਕੁਲ ਹੀ ਬਾਹਰ ਹੋ ਜਾਂਦੀ ਹੈ ਇਸ ਲਈ ਨਮਕ ਦਾ ਜੇਕਰ ਆਪਾਂ ਸਕ੍ਰਬ ਯੂਜ਼ ਕਰਾਂਗੇ ਤੇ ਸਾਡਾ ਜਿਹੜਾ ਚਿਹਰਾ ਵੈ ਸਾਡਾ ਜਿਹੜਾ ਫੇਸ ਹੈ ਉਹ ਬਹੁਤ ਹੀ ਜ਼ਿਆਦਾ ਨਿਖਰ ਜਾਏਗਾ ਹੁਣ ਮੈਂ ਤੁਹਾਨੂੰ ਦੱਸਣੀ ਆ ਜੇਕਰ ਤੁਸੀਂ ਅਰਜੈਂਟ ਹੀ ਆਪਣੇ ਫੇਸ ਤੇ ਗਲੋ ਪਾਣਾ ਵੈ ਉਹ ਤੁਸੀਂ ਕਿਤੇ ਪਾਰਟੀ ਤੇ ਜਾਣਾ ਵੈ ਹੁਣ ਤੁਹਾਡਾ ਜਿਹੜਾ ਫੇਸ ਉਹ ਬਹੁਤ ਹੀ ਜ਼ਿਆਦਾ ਮੁਰਝਾਇਆ ਹੋਇਆ ਵੈ ਤੇ ਤੁਸੀਂ ਉਹਨੂੰ ਕਿਵੇਂ ਜੀ ਉਹਦੇ ਵਿੱਚ ਗਲੋ ਲਿਆ ਸਕਦੇ ਹੋ ਆਪਣੇ ਫੇਸ ਤੇ ਉਹ ਮੈਂ ਤੁਹਾਨੂੰ ਦੱਸਣੀ ਆ ਉਹਦੇ ਲਈ ਤੁਸੀਂ ਕਿਵੇਂ ਇਸਤੇਮਾਲ ਕਰਨਾ ਹੈ ਨਮਕ ਉਹਦੇ ਲਈ ਤੁਸੀਂ ਕੀ ਕਰਨਾ ਜੀ ਉਹ ਮੈਂ ਤੁਹਾਨੂੰ ਦੱਸਣੀ ਆ ਇੱਕ ਚਮਚ ਨਮਕ ਦੇ ਵਿੱਚ ਤੁਸੀਂ ਅੱਧਾ ਚਮਚ ਸ਼ਹਿਦ ਮਿਲਾਣਾ ਹੈ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਉਸ ਤੋਂ ਬਾਅਦ ਆਪਣੇ ਫੇਸ ਤੇ ਅਪਲਾਈ ਕਰ ਲੈਣਾ ਹੈ ਥੋੜੀ ਦੇਰ ਉਹਨੂੰ ਲੱਗਾ ਰਹਿਣ ਦਿਓ 2 ਤੋਂ 3 ਮਿੰਟ ਤੁਸੀਂ ਆਪਣੇ ਫੇਸ ਤੇ ਉਹਨੂੰ ਲੱਗਾ ਰਹਿਣ ਦਿਓ ਉਸ ਤੋਂ ਬਾਅਦ ਤੁਸੀਂ ਉਹਨੂੰ ਰਗੜਦੇ ਹੋਏ ਨਾਰਮਲ ਪਾਣੀ ਦੇ ਨਾਲ ਵਾਸ਼ ਕਰ ਲਵੋ ਵੇਖਣਾ ਜੀ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਗਲੋ ਆ ਜਾਏਗਾ ਹੋਰ ਇੱਕ ਗੱਲ ਦੱਸਾਂ ਜੀ ਕਿਵੇਂ ਤੁਸੀਂ ਨਮਕ ਦਾ ਇਸਤੇਮਾਲ ਕਰ ਸਕਦੇ ਹੋ ਜਦੋਂ ਤੁਸੀਂ ਨਹਾਉਂਦੇ ਹੋ ਨਾ ਨਹਾਉਣ ਵੇਲੇ ਤੁਸੀਂ ਬਾਲਟੀ ਦੇ ਵਿੱਚ 2 ਤੋਂ 3 ਚਮਚ ਨਮਕ ਦੇ ਪਾ ਲਵੋ ਇਹਦੇ ਨਾਲ ਕੀ ਹੋਏਗਾ ਜੀ ਬੋਡੀ ਚੰਗੀ ਤਰ੍ਹਾਂ ਸਾਫ਼ ਹੋ ਜਾਏਗੀ ਬੋਡੀ ਦੇ ਵਿੱਚ ਜਿੰਨੀ ਵੀ ਗੰਦਗੀ ਹੋਏਗੀ ਉਹ ਨਿਕਲ ਜਾਏਗੀ ਔਰ ਤੁਹਾਡਾ ਸਾਰਾ ਫੇਸ ਔਰ ਬੋਡੀ ਗਲੋ ਕਰੇਗੀ ਤੇ ਐਸੇ ਅੱਜ ਦੇ ਸਾਡੇ ਬਿਊਟੀ ਟਿਪਸ ਕਿਦਾਂ ਦੇ ਲੱਗੇ ਜ਼ਰੂਰ ਦੱਸਿਓ ਫਿਰ ਤੁਹਾਡੀ ਦੋਸਤ ਮਨਪ੍ਰੀਤ ਰੂਬਰੂ ਹੋਏਗੀ ਤੁਹਾਡੇ ਨਾਲ ਤੁਹਾਡੇ ਆਪਣੇ ਚੈਨਲ ਯੈਸ ਟੀਵੀ ਤੇ ਔਰ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਤੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਹੁਣ ਤੁਹਾਡੀ ਦੋਸਤ ਲੈਣੀ ਤੁਹਾਡੇ ਕੋਲ ਇਜਾਜ਼ਤ ਫਿਰ ਰੂਬਰੂ ਹੋਵਾਂਗੇ ਨਵੇਂ ਟਿਪਸ ਦੇ ਨਾਲ ਸਤਿ ਸ਼੍ਰੀ ਅਕਾਲ